ਕੇ ਸੁਨਿਆ ਰੋਗ ਜੀ, ਜਿੰਨੇ ਵੀ ਦਰਸ਼ਕ ਤੁਸੀਂ ਸਾਡੇ ਚੈਨਲ ਦੇ ਰਾਹੀਂ ਦੇਖਾ ਦੇ, ਸਾਰੇ ਕੋਲੋਂ ਪਹਿਲੇ ਦੇ ਸੁਣਾਓ ਜਿਹੜਾ ਇਸ ਸਾਵਨ ਮਹੀਨੇ ਵਿੱਚ ਜਿਹੜਾ ਗਗੇਲ ਨਿਕਲੇ ਦਾ ਇਹਦੇ ਬਾਰੇ 'ਚ, ਔਰ ਸਾਰੇ ਦਰਸ਼ਕਾਂ ਲਈ ਕੇ ਸੁਨਿਆ ਰੋਗ ਦਿੰਦਾ। ਬੋਲ ਸਾਂਚੇ ਦਰਬਾਰ ਕੀ ਜੈ, ਜੈਕਾਰਾ ਛਤਰੀ ਬਾਸ਼ਾ ਰਾਜਾ ਮੰਡੀ। ਬੋਲ ਸਾਂਚੇ ਦਰਬਾਰ ਕੀ ਜੈ। ਦੇਖੋ ਜਿੰਨੀ ਵੀ ਇਲੈ ਛੜੀ ਯਾਤਰਾ ਗੰਗੈਲ ਸਾਵਨ ਮਹੀਨੇ ਪਰ ਬਹੁਤ ਸਾਰੀਆਂ ਛੜੀ ਯਾਤਰਾ ਨਿਕਲੀਆਂ ਅਤੇ ਗੰਗੈਲ ਰਾਜਾ ਮੰਡੀ ਦੀ ਛੜੀ ਗੰਗੈਲ ਕੱਢੀ ਇਹਦੀ ਸਾਰਿਆਂ ਦੀ ਕਿਰਪਾ ਹੋਣੀ ਚਾਹੀਦੀ ਅਤੇ ਸਾਰੇ ਲੋਕ ਮੰਨਦੇ ਰਾਜੇ ਕੀ ਬੜੀ ਪੁਰਾਣੀਆਂ ਪੁਰਾਣੀਆਂ ਪਰਾਕਰਮੀਆਂ ਪੁਰਾਣੀਆਂ ਰੀਤਾਂ ਹਨ ਅਤੇ ਸਾਰੇ ਬਜ਼ੁਰਗੀ ਦੀ ਰੀਤਾਂ ਹਨ ਅਤੇ ਗੰਗੈਲਾ ਅੱਜ ਕੱਲ੍ਹ ਬੜੀ ਸਾਰੇ ਲੋਕ ਕੱਢਣਾ ਛੁੱਟ ਗਏ ਦੇ ਅਤੇ ਰਾਜਾ ਮੰਡਲੀ ਆਪਣਾ ਕੁਲ ਦੇਵਤਾ ਬਾਬਾ ਕਾਲੀ ਵੀਰ ਨੇ ਕੀ ਮੰਨੋ ਔਰ ਸਾਰੇ ਕਿਰਪਾ ਕਰਦੇ ਸਾਰੇ ਉੱਪਰ। ਅਤੇ ਕੇ ਸੁਨਿਆ ਰੋਗ, ਜਿੰਨੇ ਵੀ ਦਰਸ਼ਕ ਤੁਸੀਂ ਸਾਡੇ ਚੈਨਲ ਦੇ ਰਾਹੀਂ ਸੁਣਗਣ, ਅਸੀਂ ਕਿਆ ਗੱਲ ਰੱਖਣੇ ਆ, ਬੜੇ ਸਾਰੇ ਮੰਨਤੇ ਕੀ ਘੱਟ ਮੰਨੋ, ਆਪਣੇ ਦੇਵੀ ਦੇਵਤਾ ਕੀ ਮੰਨੋ। ਫਿਰ ਬਾਬਾ ਆਖਦੇ ਜੋ ਕਿ ਆਪਣਾ ਕੁਲ ਦੇਵਤਾ ਹੀ ਮੰਨਦੇ, ਉਹ ਕੁਲ ਦੇਵਤਾ ਹੀ ਕੁਲ ਤਾਰੀ ਸਕਦਾ। ਅਤੇ ਛੱਤਰੀ ਪਾਤਸ਼ਾਹ ਕੀ ਮੰਨੋ, ਆਪਣੇ ਦੇਵੀ ਦੇਵਤੇ ਮੰਨੋ, ਕਿਰਪਾ ਰੱਖਣ, ਸੁੱਖ ਸ਼ਾਂਤੀ ਹੋ ਔਰ ਸਾਰੇ ਜਿਹਦੇ ਕਰਕੇ ਰੱਖਦੇ ਬਾਬਾ ਛੜੀ ਜਾਂਦੀ ਜਾਂ ਗੰਗੈਲ ਜਾਂਦੀ, ਭੂਤ ਪ੍ਰੇਤੇ ਦੀ ਨਾਸਤੀ ਹੋ ਅਤੇ ਕਿਰਪਾ ਹੁੰਦੀ ਜੀ ਜੀ।